ਗੁਰਦੁਆਰਾ ਦੀ ਫੋਟੋ ਨਹੀਂ ਲੱਗੀ, ਉਹਨਾਂ ਦੀ ਫੋਟੋ ਕਿਉਂ ਲਗਾਈ ਅਸੀਂ? ਉਹ ਕੋਈ ਅਧਿਕਾਰਿਕ ਪੋਸਟ 'ਤੇ ਹੈ ਨਹੀਂ, ਉਹਨਾਂ ਦੀ ਵਾਈਫ ਨਗਰ ਕੌਂਸਲ ਦੀ ਪ੍ਰਧਾਨ ਹੈ, ਉਹਨਾਂ ਦਾ ਕੋਈ ਰਾਈਟਸ ਨਹੀਂ ਹੈਗਾ? ਉਹ ਕੂੜੇ ਦੀ ਟਰਾਲੀ ਦੇ ਵਿੱਚ ਭਗਵਾਨ ਦੀਆਂ ਫੋਟੋਆਂ ਲੈ ਕੇ ਜਾ ਰਹੇ ਨੇ। ਇੱਕ ਦਿਨ ਪਹਿਲਾਂ ਫੋਟੋਆਂ ਉਤਾਰਾਂ ਦਾ, ਫਲੈਸ਼ਾਂ ਉਤਾਰਾਂ ਦਾ ਕੀ ਮਤਲਬ ਹੈ? ਕਮੇਟੀ ਵਾਲੇ ਆਏ ਅਤੇ ਉਹਨਾਂ ਨੇ ਜਿਹੜੇ ਬੋਰਡ ਬਾਬਾ ਭਗਵਾਨ ਜੀ ਦੇ ਲੱਗੇ ਹੋਏ ਸੀ, ਗਣੇਸ਼ ਉਤਸਵ ਦੇ ਲੱਗੇ ਹੋਏ ਸੀ, ਖਾਟੂ ਸ਼ਾਹ ਵਾਲੇ ਲੱਗੇ ਹੋਏ ਸੀ, ਲਾਉਣੇ ਸ਼ੁਰੂ ਕਰਦੇ। ਇਹ ਨਹੀਂ ਪਤਾ ਵੀ ਕੀ ਕਾਰਨ ਹੈ, ਇਹਦੇ ਕਿਉਂ ਲਾਉਣੇ ਸ਼ੁਰੂ ਕਰੇ, ਅਤੇ ਜਾਂ ਤਾਂ ਕੋਈ ਗਲਤ ਇਹਨਾਂ ਦੇ ਆਨਸਰ ਵੀ ਵਿੱਚ ਹੋ ਸਕਦੇ ਨੇ, ਜਾਂ ਕਮੇਟੀ ਵੱਲੋਂ ਕਿਹਨੇ ਆਰਡਰ ਦਿੱਤਾ ਇਹਨਾਂ ਨੂੰ? ਇਸ ਬਾਰੇ ਅਸੀਂ ਤਾਂ ਨਹੀਂ ਕੁਛ ਕਹਿ ਸਕਦੇ ਹੈਗੇ। ਦੇਖੋ ਉਹਨੇ ਉਹਨਾਂ ਨਾਲ ਨਾਰਾਜ਼ਗੀ ਕੋਈ ਪਰਸਨਲ ਹੈਗੀ ਆ, ਉਹ ਦੱਸ ਸਕਦੇ ਨੇ। ਸੰਗਤ ਕਹਿ ਰਹੀ ਹੈ ਸਾਰਾ, ਮੈਂ ਵੀ ਹਿੰਦੂ ਹਾਂ, ਸਾਰੀ ਇਸ ਚੀਜ਼ ਦੀ ਸਾਰਿਆਂ ਨਾਲ ਨਾਰਾਜ਼ਗੀ ਇਸ ਚੀਜ਼ ਦੀ, ਪਰ ਇਸ ਪਰਸਨਲ ਬਾਰੇ ਮੈਂ ਨਹੀਂ ਕੁਛ ਕਹਿ ਸਕਦਾ ਵੀ ਭਾਈ ਉਹਨਾਂ ਨੇ ਕੀ ਐਕਸ਼ਨ ਲੈਣ ਜਾ ਰਹੇ ਆ ਜੀ ਤੁਸੀਂ ਪ੍ਰਧਾਨ ਨੂੰ ਕੀ ਐਕਸ਼ਨ ਲੈ? ਐਕਸ਼ਨ ਤਾਂ ਕੋਈ ਨਹੀਂ, ਐਕਸ਼ਨ ਤਾਂ ਇਹ ਲੈ ਰਿਹਾ ਵੀ ਭਾਈ ਜਿਹੜੇ ਬੋਰਡ ਉਹਨਾਂ ਨੇ ਲਾਹੇ ਨੇ, ਕਿਸੇ ਵੀ ਸੰਸਥਾ ਦਾ ਹੈਗਾ ਜਾਂ ਗਣੇਸ਼ ਜੀ ਦਾ, ਬਾਬਨ ਭਗਵਾਨ ਜੀ ਦਾ, ਉਹ ਦੁਬਾਰੇ ਕਹਿੰਦੇ ਅਸੀਂ ਉਸ ਤਰ੍ਹਾਂ ਹੀ ਲਵਾ ਦਿੰਦੇ। ਉਹਨਾਂ ਨੇ ਸਾਡੇ ਤਿਉਹਾਰ ਨੂੰ ਡਿਸਟਰਬ ਕਰਨ ਵਾਸਤੇ ਸਾਰੇ ਬੋਰਡ ਸਾਰੇ ਸ਼ਹਿਰ ਦੇ ਤਾਰ ਕੇ ਕੂੜੇ ਵਾਲੀ ਟਰਾਲੀ ਸੁੱਟਤੇ। ਪੱਪੂ ਪ੍ਰਧਾਨ ਜੀ ਜਾਂ ਕਮੇਟੀ ਦੇ ਆਦੇ, ਆਮ ਆਦਮੀ ਪਾਰਟੀ ਦੀ ਦੇਖੋ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਕਮੇਟੀ ਦੇ ਕਬਜ਼ਾ, ਉਹਨਾਂ ਨੇ ਸਾਰੇ ਬੋਰਡ ਤਾਰ ਕੇ ਕੂੜੇ ਵਾਲੀ ਟਰਾਲੀ ਸੁੱਟਤੇ, ਜਿਸ ਦੇ ਉਹਦੇ ਨਾਲ ਕੁਛ ਸ਼ਰਾਰਤੀ ਅੰਸਰ ਲਾਓ, ਕੁਛ ਵੀ ਲਾਓ, ਉਹਦੇ ਨਾਲ ਸਾਰੇ ਹਿੰਦੂ ਭਾਈਚਾਰੇ ਨੂੰ ਠੇਸ ਪਹੁੰਚੀ ਆ, ਔਰ ਸਾਡਾ ਸਾਡੇ ਤਿਉਹਾਰ ਦਾ ਮੇਨ ਮੁੱਦਾ ਹੈ, ਔਰ ਸਾਡੇ ਧਰਮ ਦੀ ਬੇਕਦਰੀ ਕੀਤੀ ਗਈ ਹੈ। ਇਸ ਕਰਕੇ ਸਮੂਹ ਸਮਾਜ ਸਾਰਾ ਸ਼ਹਿਰ ਇਕੱਠਾ ਹੋਇਆ ਹੈ ਵੀ ਜਦੋਂ ਤੱਕ ਬੋਰਡ ਨਹੀਂ ਲੱਗਦੇ, ਪੱਪੂ ਪ੍ਰਧਾਨ ਜਿਹੜਾ ਵੀ ਹੈ, ਦੇਖੋ ਮੈਨੂੰ ਪੰਕਜ ਪੱਪੂ, ਹਾਲਾਂਕਿ ਉਹਨਾਂ ਦੀ ਮਿਸੀ ਪ੍ਰਧਾਨ ਹੈ, ਉਹਨਾਂ ਨੇ ਉੱਪਰ ਮੰਚ ਦੇ ਉੱਪਰ ਖੜ੍ਹੇ ਹੋ ਕੇ ਕਹਿਤਾ ਵੀ ਮੈਂ ਹਿੰਦੂਆਂ ਦੇ ਨਾਲ ਹੈ, ਮੈਂ ਮੇਰੇ ਤੋਂ ਗਲਤੀ ਹੋਈ ਹੈ, ਮੇਰੀ ਕਮੇਟੀ ਤੋਂ ਗਲਤੀ ਹੋਈ ਹੈ, ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਬੋਰਡ ਮੈਂ ਜਿਸ ਤਰ੍ਹਾਂ ਲੱਗੇ ਉਤਾਰੇ ਨੇ ਉਸ ਤਰ੍ਹਾਂ ਲਵਾ ਕੇ ਜਾਓ, ਕੋਈ ਮਸਲਾ ਨਹੀਂ ਹੈਗਾ। ਬਾਵਨ ਦਵਾਸੀ ਅਤੇ ਨਗਰ ਕੌਂਸਲ ਨਾਭਾ ਹਰ ਵਾਰ ਪੂਰਾ ਵੱਧ ਚੜ੍ਹ ਕੇ ਸਾਥ ਦਿੰਦੀ ਹੈ। ਅਤੇ ਰਹੀ ਗੱਲ ਹਿੰਦੂ ਦੀ, ਮੈਂ ਤਾਂ ਆਪ ਹਿੰਦੂ ਹਾਂ, ਇਹ ਤਾਂ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਪਾਰਟੀ ਅਕਾਲੀ ਕਾਂਗਰਸ ਵਾਲਾ ਕੋਈ ਮਸਲਾ ਨਹੀਂ ਹੈਗਾ। ਨਗਰ ਕੌਂਸਲ 3 ਦਿਨਾਂ ਤੋਂ ਫਾਲਤੂ ਬੋਰਡ ਜਿਹੜੇ ਕਿ ਜਿਨ੍ਹਾਂ ਦੀ ਡੇਟ ਲੰਘ ਗਈ, ਕੋਈ ਖੇਡਾਂ ਦੇ ਕੋਈ ਹੋਰ ਇਹੋ ਜਿਹੇ ਬੋਰਡ ਤਾਰ ਰਹੀ ਸੀ, ਅਤੇ ਉਹਨਾਂ ਤੋਂ ਮੁਲਾਜ਼ਮਾਂ ਤੋਂ ਵਿਚਾਰੇ ਅਨਪੜ੍ਹ ਨੇ ਗਲਤੀ ਨਾਲ ਉਹਨਾਂ ਤੋਂ ਇਸ ਪ੍ਰੋਗਰਾਮ ਵਾਲੇ ਵੀ ਬੋਰਡ ਉੱਤਰ ਗਏ, ਅਤੇ ਉਹ ਬੋਰਡ ਇੱਥੇ ਜਦੋਂ ਆਇਆ ਅਤੇ ਨਾਲ ਦੇ ਨਾਲ ਬੋਰਡ ਉਤਰਵਾ ਤੇ ਵੀ ਜਿੱਥੇ ਤਾਰ ਨੇ ਉੱਥੇ ਦੁਬਾਰਾ ਲਾ ਦਿੰਦੇ। ਇੱਕ ਹੋਰ ਗੱਲ ਕਹਿ ਰਹੇ ਨੇ ਵੀ ਤੁਹਾਡੀ ਜਾਂ ਤੁਹਾਡੀ ਪਤਨੀ ਦੀ ਤਸਵੀਰ ਨਹੀਂ, ਜਿਸ ਤੋਂ ਨਾਰਾਜ਼ ਹੋ ਕੇ ਤੁਸੀਂ? ਨਾ ਜੀ, ਨਾ ਨਾ, ਮੈਂ ਮੇਰੀ ਕੋਈ ਤਸਵੀਰ ਵਾਲਾ ਕੋਈ ਪੰਗਾ ਨਹੀਂ ਹੈਗਾ ਜੀ। ਨਾ ਨਾ, ਇਹ ਤਾਂ ਆਪਣੀਆਂ ਮਨ ਬਣਾਈਆਂ ਗੱਲਾਂ ਨੇ, ਉਹ ਹੈਗੇ ਨੇ 2-4 ਉਹ ਬਿਨਾਂ ਮਤਲਬ ਤੋਂ ਇਸ ਚੀਜ਼ ਨੂੰ ਉਸਾਲਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਤਾਂ ਵੈਸੇ ਵੀ ਅੱਜ ਤੱਕ ਕਦੇ ਕਿਸੇ ਬੋਰਡ 'ਤੇ ਆਪਣੀ ਫੋਟੋ ਲਵਾਈ ਹੋਈ ਨਹੀਂ ਹੈਗੀ ਜੀ, ਕਦੇ ਵੀ ਜਿੱਥੇ ਫੋਟੋ ਲੱਗਦੀ ਆ, ਜੇ ਸਾਡੀ ਪਾਰਟੀ ਦਾ ਕੋਈ ਬੋਰਡ ਹੁੰਦਾ ਤਾਂ ਅਸੀਂ MLA ਦੀ ਫੋਟੋ ਲਾਉਂਦੇ ਹਾਂ। ਬਾਕੀ ਧਾਰਮਿਕ 'ਤੇ ਤਾਂ ਸਿਰਫ ਮੇਰੇ ਹਿਸਾਬ ਨਾਲ ਇਕੱਲੇ ਬਾਵਨ ਦਵਾਸੀ ਹੋਣੀ ਚਾਹੀਦੀ ਆ, ਇਕੱਲੇ ਬਾਵਨ ਭਗਵਾਨ ਜੀ ਹੋਣੇ ਚਾਹੀਦੇ ਨੇ, ਨੀਚੇ ਕਿਸੇ ਦੀ ਵੀ ਫੋਟੋ ਨਾ ਹੋਵੇ ਤਾਂ ਵੀ। ਨਾਰਾਜ਼ਗੀ ਦੂਰ ਕਿਵੇਂ ਕਰੋਗੇ ਜਿਹੜੇ ਹਿੰਦੂ ਸਮਾਜ ਨਾਰਾਜ਼ ਹੋ ਗਿਆ ਇਸ ਗੱਲ ਨੂੰ ਲੈ ਕੇ ਕਾਫੀ, ਵੀ ਇੱਕ ਪਾਸੇ ਤਿਉਹਾਰ ਮਨਾ ਰਹੇ ਨੇ ਇੱਕ ਪਾਸੇ ਤੁਸੀਂ? ਦੇਖੋ, ਨਾਰਾਜ਼ਗੀ ਵਾਲੀ ਗੱਲ ਇਹਨਾਂ ਦੀ ਜਾਇਜ਼ ਆ, ਉਹ ਅਸੀਂ ਨਗਰ ਕੌਂਸਲ ਵੱਲੋਂ ਅਸੀਂ ਮਾਫੀ ਮੰਗੀ ਆ ਵੀ ਇਹਨਾਂ ਤੋਂ ਮੁਲਾਜ਼ਮਾਂ ਤੋਂ ਗਲਤੀ ਹੋ ਗਈ, ਇਹਨੂੰ ਗੱਲ ਨੂੰ ਮਿੱਟੀ ਪਾਓ ਅਤੇ ਜਿੱਥੇ ਬੋਰਡ ਲਾਉਣੇ ਨੇ 4 ਬੋਰਡ ਸਗੋਂ ਸਾਡੇ ਖਾਤੇ 'ਚ ਲਵਾ ਲਓ। ਜਿਹੜੀ ਟਰਾਲੀ ਦੇ ਵਿੱਚ ਗੇਰ ਨਾ, ਕਿਤੇ ਨਾ ਕਿਤੇ ਜਿਹੜੀ ਲੱਗਦਾ ਵੀ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚੀ। ਹਾਂਜੀ, ਉਸੇ ਟਰਾਲੀ ਦੇ ਵਿੱਚ ਅਸੀਂ ਲੋਕਾਂ ਲਈ ਲੰਗਰ ਵੀ ਲੈ ਕੇ ਜਾਂਦੇ ਹਾਂ, ਉਸੇ ਟਰਾਲੀ ਦੇ ਵਿੱਚ, ਟਰਾਲੀ ਦੇ ਵਿੱਚ ਥੋੜ੍ਹੀ ਕੂੜਾ ਵੜਿਆ ਹੋਇਆ, ਉਹਦਾ ਟਰਾਲੀ ਸਾਫ਼ ਸੁਥਰੀ ਹੈ ਜੀ, 3 ਟਰਾਲੀਆਂ ਨਵੀਆਂ, ਕੋਈ ਰੌਲੇ ਵਾਲੀ ਗੱਲ ਨਹੀਂ ਹੈਗੀ। 2-4 ਸ਼ਰਾਰਤੀ ਅੰਸਰ ਨੇ ਗੱਲ ਨੂੰ ਵਧਾਉਣਾ ਚਾਹੁੰਦੇ ਨੇ, ਪਰ ਸਾਰੇ ਸਾਡੇ ਭਰਾ ਨੇ ਜੀ, ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਜੀ। ਬਾਵਨ ਭਗਵਾਨ ਹੈ ਜਿਹੜਾ, ਉਹ ਕਿਸੇ 2-4 ਬੰਦਿਆਂ ਦਾ ਨਹੀਂ ਹੈਗਾ, ਉਹ ਸਾਰਿਆਂ ਦਾ, ਸਾਡਾ ਵੀ ਉਨਾ ਹੀ ਹੈ, ਇਹਨਾਂ ਦਾ ਵੀ ਉਨਾ ਹੀ ਹੈ। ਬੋਰਡ ਉੱਤਰਨ ਨਾਲ ਕਿਸੇ ਦੀ, ਸਾਡਾ, ਮੈਂ ਹਿੰਦੂ ਮੁਸਲਮਾਨ ਥੋੜ੍ਹੀ ਬਣ ਗਿਆ ਜੇ ਮੇਰਾ ਬੋਰਡ ਉੱਤਰ ਗਿਆ, ਇਹ 'ਚ ਕੀ ਦਿੱਕਤ ਵਾਲੀ ਗੱਲ ਆ? ਕੋਈ ਗੱਲ ਨਹੀਂ, ਜੇ ਗਲਤੀ ਹੋਈ ਆ ਸੀ ਹੋ ਜੂਗੀ।